ਪੰਜਾਬ ਇਹ ਚਾਰ ਜ਼ਿਮਨੀ ਚੋਣਾਂ ਨੂੰ ਲੈ ਕੇ ਲਗਾਤਾਰ ਅਖਾੜਾ ਭਗਦਾ ਜਾ ਰਿਹਾ ਅਤੇ ਸਾਰੀ ਪਾਰਟੀਆਂ ਵੱਲੋਂ ਆਪਣੇ ਆਗੂ ਇਹਨਾਂ ਜ਼ਿਮਨੀਆਂ ਚੋਣਾਂ ਦੇ ਵਿੱਚ ਪ੍ਰਚਾਰ ਵਿੱਚ ਲਗਾਏ ਜਾ ਰਹੇ ਨੇ। ਵਿਰਸਾ ਸਿੰਘ ਬਲਟੋਹਾ ਹਲਕਾ ਦਾਖਾ ਦੇ ਵਿੱਚ ਪ੍ਰਚਾਰ ਵਾਸਤੇ ਪਹੁੰਚੇ ਨੇ, ਸਾਡੇ ਨਾਲ ਮੌਜੂਦ ਨੇ, ਗੱਲਬਾਤ ਕਰ ਲੈਣੇ। ਬਲਟੋਹਾ ਸਾਹਿਬ, ਕਿਸ ਤਰ੍ਹਾਂ ਦਾ ਲੱਗਦਾ ਲਗਾਤਾਰ ਦਾਖੇ 'ਚ ਤੁਸੀਂ ਪ੍ਰਚਾਰ ਵਾਸਤੇ ਪਹੁੰਚ ਰਹੇ ਹੋ? ਕੈਪਟਨ ਸੰਦੀਪ ਸੰਧੂ ਨੂੰ ਕਿਹਾ ਜਾਂਦਾ ਕਿ ਮੁੱਖ ਮੰਤਰੀ ਦੀ ਜਿਹੜੀ ਸੱਜੀ ਬਾਂਹ ਹੈ, ਇਸ ਕਰਕੇ ਲੋਕਾਂ ਕੋਲ ਵੋਟਾਂ ਉਸ ਮੁੱਖ ਮੰਤਰੀ ਦੇ ਨਾਮ 'ਤੇ ਮੰਗੀਆਂ ਜਾ ਰਹੀਆਂ, ਕੀ ਸਮਝਦੇ ਹੋ? ਇਹਦਾ ਮਤਲਬ ਸਭ ਤੋਂ ਵੱਡਾ ਗੁਨਾਹਗਾਰ ਇਹ ਹੈ ਜੇ ਸੱਜੀ ਬਾਂਹ ਹੈ। ਹਾਂ, ਇਹਦਾ ਮਤਲਬ ਵੀ ਪੰਜਾਬ ਦੇ ਅੰਦਰ ਜਿਹੜੇ ਕੰਮਕਾਜ ਹੋਣੇ ਚਾਹੀਦੇ ਸੀ, ਪੰਜਾਬ ਦੇ ਅੰਦਰ ਜਿਹੜੀ ਵਧੀਆ ਰਣਨੀਤੀ ਘੜਨੀ ਚਾਹੀਦੀ ਸੀ ਉਹ ਸੰਦੀਪ ਸੰਧੂ ਨੇ ਘੜਨੀ ਸੀ, ਅਤੇ ਰਣਨੀਤੀ ਕਿੱਥੇ ਹੈ ਪੰਜਾਬ ਦੇ ਅੰਦਰ? ਕਿਤੇ ਨਜ਼ਰ ਆਉਂਦੀ ਹੈ? ਕੋਈ ਡਿਵੈਲਪਮੈਂਟ ਦਾ ਕੰਮ ਨਜ਼ਰ ਆਉਂਦਾ ਹੈ? ਕੋਈ ਲੋਕਾਂ ਦੇ ਭਲੇ ਦੀ ਗੱਲ ਨਜ਼ਰ ਆਉਂਦੀ ਹੈ? ਕਿਸੇ ਥਾਂ 'ਤੇ ਕੋਈ ਸਰਕਾਰ ਨਾਂ ਦੀ ਚੀਜ਼ ਨਜ਼ਰ ਆਉਂਦੀ ਹੈ? ਹਾਹਾਕਾਰ ਮੱਚੀ ਪਈ ਹੈ। ਦੂਸਰੇ ਬੰਨੇ ਜਿਹੜੀ ਗੱਲ ਹੈ, ਲੋਕ ਇੱਥੋਂ ਦੇ ਪਹਿਲੋਂ ਧੋਖਾ ਖਾ ਚੁੱਕੇ ਨੇ 2017 'ਚ। ਹਰਵਿੰਦਰ ਸਿੰਘ ਫੂਲਕਾ ਆਇਆ, ਪੰਥ ਦਾ ਲਬਾਦਾ ਪਾ ਕੇ ਆਇਆ ਅਤੇ ਲੋਕਾਂ ਕੋਲ ਵੋਟਾਂ ਲੈ ਕੇ ਠੱਗੀ ਮਾਰ ਕੇ ਗਾਂ ਗਿਆ, ਅਤੇ ਹੁਣ ਆ ਗਏ ਨੇ ਸੰਦੀਪ ਸੰਧੂ। ਅਤੇ ਸੰਦੀਪ ਸੰਧੂ ਕਿੱਥੋਂ ਉਤਰੇ ਨੇ? ਪੰਜਾਬ ਸੈਕਟਰੀਏਟ ਦੀਆਂ ਉਤਲੀਆਂ ਪੌੜੀਆਂ 'ਚੋਂ। ਇਹਨਾਂ 'ਚੋਂ ਵਿਚਾਰਿਆਂ ਨੂੰ ਕਿੰਨੇ ਪੌੜੀਆਂ 'ਤੇ ਚੜ੍ਹਨ ਦੇਣਾ? ਇਸ ਕਰਕੇ ਠੱਗੀ ਮਾਰਨ ਵਾਸਤੇ ਆਏ। ਲੋਕ ਕਹਿੰਦੇ ਹੁਣ ਠੱਗੀ ਨਹੀਂ ਵੱਜਣ ਦੇਣੀ, ਹੁਣ ਅਸੀਂ ਉਹਦੇ ਨਾਲ ਖੜੋਤੇ ਹਾਂ ਜਿਹਨੇ ਸਾਡੀ ਸੇਵਾ ਕੀਤੀ, ਜਿਹਨੇ ਸਾਡੀ ਡਿਵੈਲਪਮੈਂਟ ਕੀਤੀ, ਜਿਹੜਾ ਸਾਡੇ ਵਿੱਚ ਵਿਚਰਿਆ, ਜਿਹੜਾ ਸਾਡੇ ਦੁੱਖ ਸੁੱਖ ਦਾ ਸਾਥੀ ਹੈ। ਕਾਂਗਰਸ ਦੇ ਜਿਹੜੇ ਲੋਕਲ ਹੈਗੇ ਨੇ, ਮੰਤਰੀ ਜਾਂ ਹੋਣ ਜਾਂ ਵਰਕਰ ਹੋਣ, ਉਹ ਕਹਿੰਦੇ ਕਿ ਅਸੀਂ ਕੈਪਟਨ ਅਮਰਿੰਦਰ ਸਿੰਘ ਕੋਲੋਂ ਕੈਪਟਨ ਸੰਦੀਪ ਸਿੰਧ ਨੂੰ ਝੋਲੀ ਅੱਡ ਕੇ ਦਾਖੇ ਵਾਸਤੇ ਲੈ ਕੇ ਆਏ ਹਾਂ। ਦੇਖੋ, ਇਹ ਜੇ ਲੈ ਕੇ ਆਏ ਆ ਅਤੇ ਹੁਣ ਉਹਨੂੰ ਬੁੱਕ ਕਰਕੇ ਤਾਂ ਇੱਥੋਂ ਦੇ ਲੋਕਾਂ ਨੇ ਘੱਲਣਾ ਆ। ਉਹ ਲੈ ਕੇ ਆਏ ਨੇ ਅਤੇ ਬੁੱਕ ਕਰਕੇ ਇੱਥੋਂ ਦੇ ਲੋਕ ਘੱਲਣਗੇ, ਮਨ ਬਣਾਈ ਬੈਠੇ ਆ ਤੁਹਾਡੇ ਸਾਹਮਣੇ। ਤੁਸੀਂ ਸਵੇਰ ਦਾ ਦੇਖਣ ਡੇ ਜੇ, ਜਿਸ ਦਿਨ ਦੀ ਇਲੈਕਸ਼ਨ ਚੱਲਣ ਡੇ ਦੇਖਣ ਡੇ ਜੇ, ਮੈਂ ਤਾਂ ਵੱਖ ਵੱਖ ਚੈਨਲਾਂ ਦੇ ਵੱਖ ਵੱਖ ਸਰਵੇ ਦੇਖੇ ਨੇ ਜਿਹੜੇ ਹਮੇਸ਼ਾ ਪਹਿਲਾਂ ਅਕਾਲੀ ਦਲ ਦੇ ਵਿਰੁੱਧ ਬੋਲਦੇ ਸੀ, ਹੁਣ ਲੋਕ ਪਟਾਕ ਪਟਾਕ ਕੇ ਬੋਲਦੇ ਕਿ ਅਸੀਂ ਮਨਪ੍ਰੀਤ ਐਲੀ ਦੇ ਨਾਲ, ਅਸੀਂ ਸ਼੍ਰੋਮਣੀ ਅਕਾਲੀ ਦਲ ਦੇ ਨਾਲ, ਸ਼੍ਰੋਮਣੀ ਅਕਾਲੀ ਦਲ ਨੇ ਕੰਮ ਕੀਤੇ ਆ। ਲੋਕ ਧੋਖੇ 'ਚੋਂ ਨਿਕਲ ਆਏ ਨੇ, ਲੋਕ ਸੱਚ ਸਮਝਣ ਲੱਗ ਪਏ ਨੇ, ਅਤੇ ਹੁਣ ਇੱਥੇ ਆ ਸੰਦੀਪ ਸੰਧੂ ਆ ਗਿਆ। ਸੰਦੀਪ ਸੰਧੂ ਪੰਥਕ ਹਲਕੇ ਜਾਣਗੇ, ਆਪਣੇ ਆਪ ਨੂੰ ਪੰਥਕ ਹੋਣ ਦਾ ਵਿਖਾਵਾ ਕਰ ਰਿਹਾ। ਮੈਂ ਉਹਨੂੰ ਇੱਕੋ ਸਵਾਲ ਕਰਨਾ ਚਾਹੁੰਦਾ ਕਿ ਸੰਦੀਪ ਸੰਧੂ ਜੀ, ਕੀ ਤੁਸੀਂ ਸਾਰੀ ਜ਼ਿੰਦਗੀ ਖੰਡੇ ਵਾਲਾ ਪਟਕਾ ਬੰਨਿਆ ਸੀ? ਸਾਰੀ ਜ਼ਿੰਦਗੀ ਦੇ ਤੁਸੀਂ ਬੰਨਿਆ ਨਹੀਂ, ਅਤੇ ਨਾ ਤੁਹਾਡਾ ਬੂਥੀ ਇਸ ਤਰ੍ਹਾਂ ਦੀ ਪਟਕਾ ਬੰਨਣ ਵਾਲੀ ਖੰਡੇ ਵਾਲੀ, ਨਾ ਤੁਸੀਂ ਖੰਡੇ ਨੂੰ ਮੰਨਦੇ ਜਾਪਦੇ ਜੇ, ਅਤੇ ਖੰਡਾ ਬੰਨ ਕੇ ਇੱਥੋਂ ਦੇ ਲੋਕਾਂ ਨੂੰ ਕਿਉਂ ਠੱਗਣਾ ਚਾਹੁੰਦੇ ਜੇ? ਇੱਥੋਂ ਦੇ ਲੋਕ ਤਾਂ ਅੱਗੇ ਹੀ ਹਰਵਿੰਦਰ ਸਿੰਘ ਫੂਲ ਕਰਕੇ ਠੱਗ ਕੇ ਗਾਂ ਗਿਆ ਸੀਗਾ, ਅਤੇ ਬਾਕੀ ਮੈਨੂੰ ਇਹ ਵੀ ਪਤਾ ਹੈ ਸੰਦੀਪ ਸੰਧੂ ਬਾਰੇ, ਇਹ ਵੀ ਪਤਾ ਲੱਗਾ ਹੈ ਕਿ ਜਦੋਂ ਰਾਤ ਨੂੰ ਮੁੜਦਾ ਹੈ ਨਾ, ਤਾਂ ਸਭ ਤੋਂ ਪਹਿਲਾਂ ਜਾ ਕੇ ਵਗਾ ਕੇ ਪਟਕਾ ਮੰਜੇ 'ਤੇ ਮਾਰਦਾ, ਅਤੇ ਨਾਲ ਹੀ ਸਾਥੀਆਂ ਨੂੰ ਕਹਿੰਦਾ ਲਿਆਓ ਬਲੈਕ ਡੌਗ ਵਾਲਾ ਪੱਗ ਲੈ ਕੇ ਆਓ। ਜਿਹੜੇ ਪੈਗ ਪੀਣ ਵਾਲੇ ਨੇ ਕੈਪਟਨ ਅਮਰਿੰਦਰ ਸਿੰਘ ਦੇ ਹਮ ਖਿਆਲੀ ਨੇ, ਅਤੇ ਫਿਰ ਉਹਨਾਂ ਤੋਂ ਪੰਥਕ ਹੋਣ ਦਾ ਜਾਂ ਇੱਥੋਂ ਦੇ ਹਮਦਰਦ ਹੋਣ ਦਾ ਕਿਵੇਂ ਹੈ? ਇੱਕ ਪਾਸੇ ਕਹੀ ਜਾਂਦਾ ਸੀ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਆਇਆ ਸੀ 2017 'ਚ, ਉਹ ਕਹਿੰਦਾ ਸੀ ਪੰਜਾਬ ਦਾ ਕੈਪਟਨ ਅਮਰਿੰਦਰ ਸਿੰਘ, ਤਾਂ ਹੁਣ ਇਹ ਕਹਿੰਦਾ ਕਿ ਦਾਖੇ ਦਾ ਕੈਪਟਨ ਸੰਦੀਪ ਸੰਧੂ। ਕੈਪਟਨ ਨਾਂ ਤੋਂ ਹੀ ਲੋਕਾਂ ਨੂੰ ਐਲਰਜੀ ਹੋ ਚੁੱਕੀ ਹੈ, ਨਫ਼ਰਤ ਹੋ ਚੁੱਕੀ ਹੈ ਕੈਪਟਨ ਨਾਂ ਤੋਂ ਹੀ, ਅਤੇ ਇਹ ਅਜੇ ਵੀ ਕੈਪਟਨ 'ਚ ਕੀ ਫਿਰਦਾ? ਦੂਸਰੇ ਬੰਨੇ ਹੈ ਦਾਖੇ ਦਾ ਪੁੱਤ, ਦਾਖੇ ਦੇ ਲੋਕਾਂ ਦਾ ਭਰਾ, ਦਾਖੇ ਦੇ ਲੋਕਾਂ ਦਾ ਹਮਦਰਦ, ਦਾਖੇ ਦੇ ਲੋਕਾਂ ਦਾ ਹਮਾਇਤੀ ਮਨਪ੍ਰੀਤ ਸਿੰਘ ਆਲੀ। ਇਸ ਕਰਕੇ ਇੱਥੇ ਇਹ ਆਲੀ ਹੋ ਰਹੀ। ਇੱਕ ਲਾਸਟ ਕੁਐਸਚਨ ਆ ਮੇਰਾ, ਰਵਨੀਤ ਬਿੱਟੂ ਵੱਲੋਂ ਪਿਛਲੇ ਦਿਨਾਂ ਰਾਜੂਆਣਾ ਮਾਮਲੇ ਨੂੰ ਲੈ ਕੇ ਤੁਹਾਡੇ ਨਾਲ ਕਾਫੀ ਬਹਿਸਬਾਜ਼ੀ ਵੀ ਹੋਈ ਹੈ। ਉਹਨਾਂ ਨੇ ਪਰਸੋਂ ਇੱਕ ਇੰਟਰਵਿਊ, ਸਾਡੀ ਇੰਟਰਵਿਊ ਵਿੱਚ ਕਿਹਾ ਕਿ ਹਰਵਿੰਦਰ ਸਾਹਿਬ 'ਤੇ ਜਦੋਂ ਅਟੈਕ ਹੋਇਆ ਸੀਗਾ ਅਤੇ ਜਦੋਂ ਗੋਲੀਆਂ ਚੱਲੀਆਂ ਸ਼ੁਰੂ ਹੋਈਆਂ, ਸਭ ਤੋਂ ਪਹਿਲਾਂ ਹੱਥ ਖੜ੍ਹੇ ਕਰਕੇ ਵਿਰਸਾ ਸਿੰਘ ਬਲਟੋਹਾ ਸਰੈਂਡਰ ਕਰਨ ਆਇਆ ਸੀਗਾ। ਮੇਰਾ ਖਿਆਲ ਹੈ ਕਿ ਮੈਂ ਪਹਿਲਾਂ ਤੁਹਾਨੂੰ ਜਵਾਬ ਦੇ ਚੁੱਕਿਆ ਇਹਦਾ, ਮੇਰੇ ਤਾਂ ਇੱਕੋ ਹੀ ਹੈ, ਅੱਜ ਉਹ ਸਰਕਾਰ 'ਚ ਵੀ ਨੇ, ਚੈਲੰਜ ਕਰਦਾ ਹੈ ਰਵਨੀਤ ਬਿੱਟੂ ਨੂੰ ਕਿ ਰਵਨੀਤ ਸਿੰਘ ਬਿੱਟੂ ਇਹ ਸਾਬਤ ਕਰਦੇ ਕਿ ਵਿਰਸਾ ਸਿੰਘ ਬਲਟੋਹਾ 1 ਤਰੀਕ ਤੋਂ ਗੋਲੀ ਚੱਲਣੀ ਸ਼ੁਰੂ ਹੋਈ ਸੀ, ਕਿਤੇ ਰਿਕਾਰਡ 'ਚ ਸਾਬਤ ਕਰਦੇ ਕਿ ਫਲਾਣੀ ਥਾਂ 'ਤੇ ਲਿਸਟ ਦੇ ਉੱਤੇ ਵਿਰਸਾ ਸਿੰਘ ਬਲਟੋਹਾ ਜਿਹੜੇ ਨੇ ਉਹ ਫਲਾਣੀ ਲਿਸਟ ਜਿਹੜੀ 1 ਤਰੀਕ ਵਾਲੀ, 2 ਤਰੀਕ ਵਾਲੀ, 3 ਤਰੀਕ ਵਾਲੀ, 4 ਤਰੀਕ ਵਾਲੀ ਜਾਂ ਜਿਹੜੀ ਵੀ ਤਰੀਕ ਹੈ ਵੀ ਸਰੈਂਡਰ ਕਰਕੇ ਬਾਹਰ ਆਇਆ ਸੀ, ਉਹ ਇੱਕ ਗੱਲ ਦਾਅਵਾ ਕਰਦਾ ਹੈ ਕਿ ਜਿਹੜੀਆਂ ਫੋਟੋਆਂ ਨੇ ਆਊਟਲੁੱਕ 'ਚ ਵੱਖ ਵੱਖ ਚੈਨਲਾਂ ਦੇ ਉੱਤੇ ਉਹ ਵਿਰਸਾ ਸਿੰਘ ਬਲਟੋਹਾ ਦੀਆਂ, ਜੇ ਮੇਰੀ ਫੋਟੋ ਸਾਬਤ ਕਰਦੇ ਮੈਂ ਸਿਆਸਤ ਵੀ ਛੱਡੂੰ ਅਤੇ ਹਰ ਤਰ੍ਹਾਂ ਦੀ ਸਜ਼ਾ ਵੀ ਭੁਗਤੂੰ, ਅਤੇ ਨਹੀਂ ਤਾਂ ਫਿਰ ਰਵਨੀਤ ਬਿੱਟੂ ਸਿਆਸਤ ਛੱਡ ਕੇ ਘਰੇ ਬੈਠੇ। ਔਰ ਦੂਸਰੇ ਬੰਨੇ ਯਾਰ, ਸਭ ਤੋਂ ਵੱਡੀ ਗੱਲ ਇਹ ਹੈ, ਇਹ ਲੋਕ ਜਿਹੜੇ ਸਿੱਖਾਂ ਦੇ ਕਾਤਲ ਨੇ, ਜਿਹੜੇ ਸ਼੍ਰੀ ਹਰਿਮੰਦਰ ਸਾਹਿਬ ਦੇ ਦੁਖੀ ਨੇ, ਜਿਹਨਾਂ ਨੇ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਢਹਿ ਕੀਤਾ, ਹਜ਼ਾਰਾਂ ਸਿੱਖਾਂ ਨੂੰ ਉਸ ਪ੍ਰਕਰਮਾ ਦੇ ਅੰਦਰ, ਸ਼੍ਰੀ ਹਰਿਮੰਦਰ ਸਾਹਿਬ ਦੇ ਅੰਦਰ ਬੱਚੀ ਬੱਚਿਆਂ ਨੂੰ, ਬਜ਼ੁਰਗਾਂ ਨੂੰ, ਨੌਜਵਾਨਾਂ ਨੂੰ, ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਨੂੰ, ਉਹਨਾਂ ਦੇ ਸਾਥੀਆਂ ਨੂੰ ਸ਼ਹੀਦ ਕੀਤਾ, ਤਾਂ ਉਹ ਇਹੋ ਜਿਹੀ ਗੱਲਾਂ ਕਰਦੇ ਨੇ, ਪੰਥਕ ਹੋਣ ਦੀਆਂ ਗੱਲਾਂ ਕਰਦੇ ਨੇ, ਜੇ ਸਾਡੇ ਉੱਤੇ ਸਵਾਲ ਉਠਾਉਂਦੇ ਨੇ। ਅਸੀਂ ਤਾਂ 10-10 ਸਾਲ ਤਾਂ ਇਹਨਾਂ ਦੇ ਭੁਗਤ ਕੇ ਆਏ ਹਾਂ, ਜੇਲ੍ਹਾਂ ਭੁਗਤ ਕੇ ਆਏ ਹਾਂ, 24-24 ਕੇਸ ਭੁਗਤ ਕੇ ਆਏ ਹਾਂ, ਅੱਜ ਵੀ ਸਾਡੀਆਂ ਲੱਤਾਂ ਬਾਹਾਂ ਜਿਹੜੀਆਂ ਖੜੋਤੀਆਂ ਫਿਰਦੀਆਂ ਨੇ, ਵਿੰਗੀਆਂ ਟੇਢੀਆਂ ਹੋਈਆਂ ਫਿਰਦੀਆਂ, ਇਹਨਾਂ ਦੇ ਜਬਰ ਜ਼ੁਲਮ ਕਰਕੇ ਹੋਈਆਂ ਫਿਰਦੀਆਂ ਨੇ ਜਿਹੜੀਆਂ ਇਹਨਾਂ ਨੇ ਕੀਤੀਆਂ ਨੇ।
ਜੀ ਬਿਲਕੁਲ ਇਹ ਸੀਗੇ ਵਿਰਸਾ ਸਿੰਘ ਮਟੋਆ ਜਿਹੜੇ ਹਲਕਾ ਦਾਖਾ ਇਹ ਪ੍ਰਚਾਰ ਵਾਸਤੇ ਆਏ ਹੋ ਸੀਗੇ ਉਹਨਾਂ ਦਾ ਸਾਫ਼ ਕਹਿਣਾ ਕਿ ਹਲਕੇ ਦਾਖੇ ਤੋਂ ਮਨਪ੍ਰੀਤ ਅਯਾਲੀ ਦੀ ਜਿੱਤ ਪੱਕੀ ਹੈ ਕਿਉਂਕਿ ਮਨਪ੍ਰੀਤ ਅਯਾਲੀ ਹਲਕੇ ਦਾਖੇ ਨਾਲ ਸੰਬੰਧਿਤ ਹੈ ਅਤੇ ਦੂਜੇ ਪਾਸੇ ਰਵਨੀਤ ਸਿੰਘ ਬਿੱਟੂ ਦੇ ਜੋ ਬਿਆਨ ਉਹਨਾਂ ਨੇ ਵਿਰਸਾ ਸਿੰਘ ਮਟੋਆ ਬਾਰੇ ਦਿੱਤਾ ਸੀਗਾ ਉਹਦੇ ਸਾਫ਼ ਕਹਿਣਾ ਕਿ ਰਵਨੀਤ ਸਿੰਘ ਬਿੱਟੂ ਸਾਬਤ ਕਰਨ ਨਹੀਂ ਤਾਂ ਆਪਣੀ ਜੇ ਸਾਬਤ ਨਹੀਂ ਕਰ ਪਾਉਂਦੇ ਤਾਂ ਰਾਜਨੀਤੀ ਤੋਂ ਸੰਨਿਆਸ ਲੈਣ। ਕੈਮਰਾਮੈਨ ਰੋਹਿਤ ਦੇ ਨਾਲ ਵਿਵੇਕ ਟਾਲ, ਦੈਨਿਕ ਸਵੇਰਾ ਟੀਵੀ, ਮੁੱਲਾਪੁਰ ਦਾਖਾ। ਪੰਜਾਬ ਦੇ 4 ਵਿਧਾਨ ਸਭਾ ਹਲਕਿਆਂ 'ਚ ਹੋਣ ਜਾ ਰਹੀ ਜ਼ਿਮਨੀ ਚੋਣ ਦੀ ਹਰ ਅਪਡੇਟ ਜਾਣਨ ਲਈ ਦੇਖੋ ਹਰ ਸ਼ਾਮ 4 ਵਜੇ ਸਿਆਸੀ 4।